हेलो दोस्तों, सत श्री अकाल, गुड मॉर्निंग। की हाल सारे दे? और तुसी होप विंटर सीजन बड़ा इंजॉय कर रहे हो, पर अज एक घटना हो गई है। साडा वीर बड़ा इंजॉय कर गया, ए कमर च लचक पै गई ना, तेरे कमर च दिखा जा रहे डॉक्टर वैद न किसी का। अगे तू दस की होया तेरे नाल, की पाना वरत्या गया तेरे नाल? होया एवें, पहला तो सारे नु सत श्री अकाल, गुड मॉर्निंग। वैसे गुड मॉर्निंग लैक है नहीं, मैं उन्हें मेरी बहुत कमर च पेन हो रहा है इस टाइम। मैं एक्चुअली काम करा रहे डैडी नाल, काम मैं करता नहीं, तो अज सडनली कुछ नट सी, वो बड़े टाइट सी, वो कसदे कसदे मेरे एकदम पिछों बैक चो पटाका टाइप जिमें निकलता ना कि यार कमर चो उ निकल गया। हूँ दर्द बहुत ज़्यादा हो रहा है, तो अंकल रेंदे दो जिसम उन्होंने दिखा जा रहे, उन्हें बहना भी बड़ा औखा हो रहा मेरे लिए। छटके एक रोड़ा बहुत साफ है ना, सू पता ही दिखाई से पहला भी ब्लॉग च, रोड़ा तो है मरीजों वास्ते बनी है, रोड़ा पूरी है। मरीज मतलब कहते ना ये जिंदा चल जाए तो मर के हो, वाली गल है। पेन बहुत ज्यादा एक्सट्रीम लेवल वाला हो रहा है हूँ, ठंड च दिक्कत देखनी पैदा चार दिन दिन। मैं सोचा तू ही होया होना, तो जो थोड़ी देर बाद मेरे तो कुछ छिले नहीं जा रहे थे। मैं भी कटिंग करा रहा सी, एकदम फोन आया सवेरे, तो साड़ी गल हुई सी, कहिंदा सही है वधिया है आप चलांगे। उस तो बाद एकदम फोन आया, कटिंग अद्धी खुदी करा के आया। मैं भी टी शर्ट भी चेंज नहीं की, मैं उस वास्ते आना पैदा, भज के भी आना पैदा है, कटिंग तो बाद भी हो जूगी। मैं एक बंदे नूं कहना चाहना है, करणवीर सिंह ढिल्लों नूं, भी वह दुआ तो बहुत भेज रहे हैं, थोड़ा बूस्ट एनर्जी भेजो इधर। मैं कह रहा सुने भी रब मेरे पता नहीं क्यों स्वाद ले रहा, पहला भोरियां हो गई पैर से बंदे एक अद्धी होंगी, मेरे गटियां अट नौ हो गई, तुरना ही औखा हो गया सी। ਹੁਣ ਥੋੜਾ ਜਿਹਾ ਸਹੀ ਹੋਇਆ ਉਹ ਪਾਸੋਂ, ਤੇ ਆ ਹੁਣ ਅੱਜ ਨਵਾਂ ਸਿਆਪਾ ਕੜਾ। ਮੈਂ ਕਰਨ ਦਾ ਨਾਮ ਕਿਉਂ ਲਿਆ? ਉਹਦੇ ਵੀ ਸਿਆਪਾ ਹੋਏ ਸੀ ਨਾ, ਇਹੀ ਤਾਂ ਕਰਕੇ ਮੈਂ ਕਰਨ ਦਾ ਨਾਮ ਲਿਆ। ਮੈਂ ਅੱਜ ਜਦੋਂ ਮੇਰੇ ਪਟਾਕਾ ਪਏ, ਮੈਨੂੰ ਸਭ ਤੋਂ ਪਹਿਲਾਂ ਹੀ ਕਰਨ ਤੇਰੀ ਯਾਦ ਆਈ ਮੈਨੂੰ, ਤੂੰ ਵੀਡੀਓ ਦੇਖੇਂਗਾ ਮੈਨੂੰ ਪਤਾ। ਉਸ ਤੋਂ ਬਾਅਦ ਵੀ ਕਰਨ ਨੇ ਮੈਨੂੰ ਕਿਹਾ ਸੀ ਮੈਂ ਚੀਜ਼ ਪੀ, ਮੈਂ ਉਦੋਂ ਇਮੈਜਿਨ ਕਰ ਰਿਹਾ ਕਿੱਦਾਂ ਹੁੰਦਾ, ਅੱਜ ਮੈਨੂੰ ਪਤਾ ਲੱਗੇ ਵੀ ਕਿੱਦਾਂ ਹੁੰਦਾ। ਕਰਨ ਨਾ ਮੇਰੇ ਤੋਂ ਸਿੱਧਾ ਬੈਠਿਆ ਜਾ ਰਿਹਾ, ਤੇ ਨਾ ਡੇਢਾ ਰੋਟੀ ਬੜੀ ਔਖੀ ਖਾਧੀ ਅੱਜ ਮੈਂ ਉਹਨੇ। ਸਾਰਿਆਂ ਤੋਂ ਇੱਕ ਬੇਨਤੀ ਜ਼ਰੂਰ ਹੈ ਕਿ ਤੁਸੀਂ ਜਿਹੜੇ ਕਮੈਂਟ ਕਰਦੇ ਹੋ ਨਾਈਸ, ਹੋਰ ਕੀ ਕੁਛ ਕਮੈਂਟ ਕਰਦੇ ਹੋ ਯਾਰ, ਜੋ ਵੀ ਕਮੈਂਟ ਕਰਦੇ ਹੋ ਅਕੋਰਡਿੰਗ ਟੂ ਦਾ ਵੀਡੀਓ ਕਰਿਆ ਕਰੋ, ਕਿਉਂਕਿ ਉਹਦੇ 'ਚ ਸਾਨੂੰ ਮਤਲਬ ਚਾਹੇ ਗਲਤੀ ਹੈਗੀ ਸਾਡੀ ਉਹ ਵੀ ਦੱਸੋ, ਉੱਥੇ ਹੀ ਦੱਸੋ, ਪਰਸਨਲੀ ਸਾਨੂੰ ਮਤਲਬ ਨਾ ਕਰੋ, ਕੋਈ ਦਿੱਕਤ ਨਹੀਂ ਗੀ, ਕਿਉਂਕਿ ਤੁਸੀਂ ਸਾਡੇ ਭਰਾ ਹੀ ਹੋ, ਕੋਈ ਐਡਾ ਚੱਕਰ ਨਹੀਂ ਗਾ, ਸਾਨੂੰ ਪਤਾ ਤੁਸੀਂ ਸਾਨੂੰ ਐਪਰੀਸ਼ੀਏਟ ਕਰ ਰਹੇ ਹੋ ਤਾਂ ਕਰਕੇ ਤੁਸੀਂ ਪਰਸਨਲ ਜਾ ਕੇ ਕਰਦੇ, ਬਟ ਤੁਸੀਂ ਉੱਥੇ ਕਮੈਂਟ ਕਰੋ, ਕੋਈ ਦਿੱਕਤ ਨਹੀਂ ਗੀ। ਉਹਦੇ 'ਚ ਇੰਪਰੂਵਮੈਂਟ ਬੰਦਾ ਉਹ ਚੀਜ਼ਾਂ ਦੇਖਦੇ ਰਹਿੰਦੇ, ਕਈ ਵਾਰ ਅਸੀਂ ਵਟਸਐਪ 'ਤੇ ਵੇਖ ਲੈਂਦੇ ਹਾਂ ਪਰ ਕਈ ਵਾਰ ਨਹੀਂ ਵੀ ਰਿਪਲਾਈ ਦਿੰਦੇ ਗੇ, ਤਾਂ ਉਹ ਉਦੋਂ ਬੈਟਰ ਗੱਲ ਸਾਡੇ ਮੂੰਹ 'ਤੇ ਮਾਰਿਆ ਕਰੋ, ਸਿੱਧੀ ਗੱਲ ਹੈ। ਮੈਂ ਤੁਹਾਨੂੰ ਕਿਹਾ ਸੀ ਨਾ, ਮੈਂ ਮੋਢਿਆਂ 'ਤੇ ਮਚਾ ਕੇ ਮੈਂ ਹੀ ਲੈ ਕੇ ਜਾਊਂਗਾ ਗੱਲ। ਕਿਵੇਂ ਉਤਰਨ ਜਾ ਰਹੇ ਕਿ? ਆਹ ਦੇਖੋ ਬੜਾ ਔਖਾ ਉਤਰਨਾ ਇਹਦਾ। ਅਸੀਂ 2 GSM ਆ ਗਏ ਅੰਕਲ ਕੋਲ, ਅਤੇ ਉਹ ਮਤਲਬ ਇਸ ਚੀਜ਼ ਦਾ ਸਪੈਸ਼ਲਿਸਟ ਹੈ, ਕਮਰ ਦਰਦ ਵਗੈਰਾ ਜੋ ਵੀ ਹੋ, ਦਰਦ ਹੋਵੇ ਕਿੱਥੇ ਵੀ ਗੋਡੇ 'ਚ ਘੁੱਟਣੇ 'ਚ, ਹੁਣ ਦੇਖੋ ਇਹਦੀ ਮਾਲਿਸ਼ ਹੋਊਗੀ, ਤੁਹਾਨੂੰ ਦਿਖਾਵਾਂਗੇ ਵੀਡੀਓ। ਜੇ ਜਿਹਨੇ ਜਿੱਥੋਂ ਤੱਕ ਹੋ ਸਕਿਆ ਅਸੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕੋਈ। ਠੀਕ ਹੈ ਜੀ, ਬੜਾ ਔਖਾ ਲੱਗ ਰਿਹਾ ਬਹਿਣਾ ਵੀ ਅੱਜ ਕੱਲ੍ਹ। ਪਹਿਲਾਂ ਤਾਂ ਰੱਬ ਤੋਂ ਦੁਆ ਮੰਗਦੇ ਵੀ ਰੱਬ ਸਾਨੂੰ ਬੈਠੇ ਬੈਠੇ ਖਵਾਓ, ਹੁਣ ਤਾਂ ਬੈਠੇ ਵੀ ਨਹੀਂ ਆਉਂਦਾ, ਬੜਾ ਔਖਾ ਹੀ ਕੰਮ ਹੈ ਟੂਈ ਦਾ ਵੀ। ਹੋਰ ਦਿੱਲੀ ਜਾਣਾ, ਕਿੱਥੇ ਜਾਣਾ? ਬੜਾ ਚਿੱਤ ਕਰ ਰਿਹਾ ਸੀ ਤਾਂ, ਪਿਛਲੇ ਵਲੋਗ 'ਚ ਤੂੰ ਸੁਣਿਆ ਹੋਣਾ, ਉੱਡੂ ਉੱਡੂ ਕਰੀ ਜਾਂਦਾ ਸੀ ਇਹ। ਸੋ ਫਾਈਨਲੀ ਨਾੜ ਮਿਲ ਗਈ ਜਿੱਥੇ ਦਰਦ ਹੋ ਰਿਹਾ ਸੀਗਾ, ਅੰਕਲ ਨੇ ਲੱਭ ਲਈ ਨਾੜ, ਮਿਲ ਗਈ ਮਿਲ ਗਈ ਮਿਲ ਗਈ। ਬੈਸ ਬੈਸ, ਰੱਬ ਨੂੰ ਤਿਆਰ ਹੈ, ਇਹ ਦੇਖੋ ਅੱਖਾਂ ਬੰਦ ਕਰਾ ਤੀਆਂ। ਲੈ ਵੀ ਪੱਟਾ ਹੱਥ ਮਾਰ ਕੇ ਉਹ ਖੜਾ, ਤੇਰੀ ਮੋਰਨੀ ਵਰਗੀ ਤੌਰ ਥੋੜਾ ਦੇਖਣੀ ਹੈ। ਪਹਿਲਾਂ ਤਾਂ ਕੰਫਰਟੇਬਲ ਲੱਗ ਰਿਹਾ, ਸੋ ਫਾਈਨਲੀ ਬੰਦਾ ਆਪਦੇ ਪੈਰਾਂ 'ਤੇ ਖੜਾ ਹੋ ਗਿਆ ਹੈ। ਹਾਏ ਤਾਂ ਹੁਣ ਇੱਕ ਵਾਰੀ ਤਾਂ ਦਰਦ ਘੱਟ ਗਿਆ ਹੈ, ਹੁਣ ਅੱਗੇ ਦੇਖਦੇ ਹਾਂ, ਹੋਪ ਸੋ ਸ਼ਾਮ ਤੱਕ ਠੀਕ ਹੋ ਜਾਏ, ਕਿਉਂਕਿ ਕੱਲ੍ਹ ਅਸੀਂ ਸਾਡਾ ਪਲਾਨ ਹੈ ਕਿਤੇ ਜਾਣ ਦਾ। ਠੀਕ ਹੈ ਜੀ, ਅੱਗੇ ਮਿਲਦੇ ਹਾਂ।
ਦੋਸਤੋ ਹੈਪੀ ਨੇ ਮਾਲਿਸ਼ ਮੁਲਿਸ਼ ਕਰਾ ਕੇ ਹੁਣ ਅਸੀਂ ਵਾਪਸ ਆ ਰਹੇ ਜਾ ਰਹੇ ਹਾਂ ਅਸੀਂ ਹੁਣ ਹੈਪੀ ਦੱਸੂਗਾ ਵੀ ਹੈਪੀ ਕਿਵੇਂ ਲੱਗ ਰਿਹਾ ਤੈਨੂੰ ਹਾਊ ਯੂ ਫੀਲ ਠੀਕ ਹੈ ਪਹਿਲਾਂ ਨਾਲ ਦਰਦ ਤਾਂ ਤੂੰ ਝਟਕਿਆਂ ਭਰਾ ਲਾ ਪਹਿਲਾਂ ਤਾਂ ਗੱਡੀ ਦੇ ਸਾਰੇ ਦਰਦ ਠੀਕ ਹੈ ਬਾਕੀ ਅੰਕਲ ਦਾ ਹੱਥ 'ਚ ਹੈ ਗੁਣ ਜਾਂਦੀ ਪਤਾ ਲੱਗ ਜਾਂਦਾ ਅੰਕਲ ਨੂੰ ਵੀ ਕਿੱਥੇ ਦਿੱਕਤ ਹੈ ਨਾੜ ਜਿਹੜੀ ਕਹਿੰਦੇ ਨਾੜ 'ਚ ਵਾਲਾ ਵੁਲਾ ਆਇਆ ਕੁਛ ਇੱਦਾਂ ਕੁਛ ਹੁਣ ਠੀਕ ਉਹਨਾਂ ਨੇ ਕੁਛ ਉਪਾਏ ਦੱਸੇ ਜਿਵੇਂ ਲੂਣ ਗਰਮ ਕਰਕੇ ਦਾ ਸਿੱਕਾ ਦੇਣਾ ਹੈਗਾ ਬਾਕੀ ਜੇ ਤੁਹਾਨੂੰ ਕਿਸੇ ਨੂੰ ਦਿੱਕਤ ਹੋਵੇ ਗੜਸਾਣੇ ਨੂੰ ਉਪਗੜ ਦੇ ਏਰੀਏ 'ਚ ਕੋਈ ਵੀਡੀਓ ਦੇਖ ਰਿਹਾ ਹੋਵੇ ਗੰਗਾਨਗਰ ਈਵਨ ਤਾਂ 2 GSM ਗੜਸਾਣੇ ਦੇ ਜਮ੍ਹਾਂ ਨਾਲ ਹੀ ਕੂਪਲੀ ਰੋਡ ਦੇ ਉੱਤੇ ਜਰਨੈਲ ਸਿੰਘ ਨਾਮ ਹੈ ਹੈਪੀ ਦਾ ਬੜਾ ਜੀ ਕਰ ਰਿਹਾ ਸੀ ਮੈਂ ਘੁੰਮਣ ਜਾਵਾਂ ਬਾਬੇ ਨੇ ਕਹਿੰਦਾ ਟ੍ਰਾਇਲ ਲੈ ਲੈ ਤੂੰ ਕਿੱਥੋਂ ਤੱਕ ਜਾ ਸਕਦਾ ਹੈ ਅਜੇ ਇੱਥੇ ਵੀ ਪਹੁੰਚਿਆ ਹੈ ਸ਼ਾਮ ਨੂੰ ਕਿੱਥੇ ਹੁਣ ਜਾਣਾ ਪੈ ਸਕਦਾ ਹੁਣ ਵੈਸੇ ਤਾਂ ਦਰਦ ਸਹੀ ਹੋ ਜੂਗਾ ਮੈਂ ਤਾਂ ਰੱਬ ਤੋਂ ਦੁਆ ਕਰਦਾ ਵੀ ਦਰਦ ਸਹੀ ਹੋ ਜਾਏ ਅਸੀਂ ਕੱਲ੍ਹ ਜਾਣਾ ਵੀ ਹੈ ਵਾਰੀ ਵਾਰੀ ਕਹਿ ਰਹੇ ਅਸੀਂ ਕੱਲ੍ਹ ਜਾਣਾ ਹੈ ਅਸੀਂ ਕੱਲ੍ਹ ਗਏ ਤਾਂ ਵਲੋਗ ਤੁਹਾਨੂੰ 2-3 ਹੋਰ ਮਿਲ ਜਾਣਗੇ ਅਸੀਂ ਬਹੁਤ ਚੀਜ਼ਾਂ ਐਕਸਪਲੋਰ ਕਰਾਂਗੇ ਵਲੋਗ ਤਾਂ ਉਵੇਂ ਮਿਲਣਗੇ ਤੁਹਾਨੂੰ ਬਟ ਅਸੀਂ ਕਿੱਥੇ ਜਾਣਾ ਸੀ ਉਹਨੂੰ ਐਕਸਪਲੋਰ ਕਰ ਦਾਂਗੇ ਜੇ ਕੱਲ੍ਹ ਜੇਕਰ ਉੱਧਰ ਗਏ ਤਾਂ ਬਾਕੀ ਤੁਹਾਨੂੰ ਅਗਰ ਜੇ ਕੱਲ੍ਹ ਗਏ ਤਾਂ ਵਲੋਗ ਮਿਲ ਹੀ ਜਾਣਾ ਸੋ ਹੁਣੇ ਮੇਰੀ ਭੂਆ ਦਾ ਇੱਕ ਮੁੰਡਾ ਰਹਿੰਦਾ ਇੱਥੇ ਦਰਸ਼ਨ ਜੰਡੂ ਉਹਨਾਂ ਦਾ ਆ ਰਿਹਾ ਹੈਗਾ ਅਤੇ ਉਹਦਾ ਫੋਨ ਆਇਆ ਸੀ ਹੁਣੇ ਤਾਂ ਅਸੀਂ ਕੁਦਰਤੀ ਹੁਣੇ ਜਾ ਹੀ ਰਹੇ ਸੀ ਅਤੇ ਹੁਣ ਅਸੀਂ ਸੋਚਿਆ ਚਲੋ ਉੱਥੇ ਵੀ ਜਾਏ ਉਹਨੇ ਉਵੇਂ ਤਾਂ ਸਪੈਸ਼ਲ ਰਾਊਂਡ ਲੱਗਦਾ ਨਹੀਂ ਅੱਜ ਕਮਰ ਦਾ दर्शन दे आ रहे आए थे जिवें तुसीं देख रहे हो दर्शन कम लगे दर्शन दे डैडी मेरे फुफड़ जी लगते है ਵਲੌਗਰ ਤੁਹਾਡੀ ਕਿਰਪਾ ਹੈ ਭਰਾ ਵਲੌਗਿੰਗ ਕਰ ਲੈਂਦੇ ਅਸੀਂ ਥੋੜ੍ਹੀ ਬਹੁਤ ਹੋਰ ਦੇਖੋ ਆ ਰਿਹਾ ਹੈ ਬਾਈ ਦਾ ਕੱਚਾ ਕਮਰਾ ਨਾ ਕੋਈ ਨਹੀਂ ਕੱਚਿਆਂ ਤੋਂ ਪੱਕੇ ਪੈਂਦੇ ਆ ਨਾ ਜ਼ਰੂਰ ਬਾਈ ਉਹ ਫੁੱਫੜ ਜੀ ਵੀ ਸਾਡੇ ਇੱਥੇ ਲੱਗੇ ਹੋਏ ਆ ਇੱਧਰ ਵੀ ਇਹਨਾਂ ਦਾ ਆਫਿਸ ਵੀ ਹੈ ਇੱਥੇ ਲੱਕੜੇ ਪਈ ਹੈ ਕੀ ਰੇਟ ਚੱਲ ਰਹੀ ਫਿਰ ਲੱਕੜੇ ਲੱਕੜ ਤੁਹਾਡੇ ਲਈ ਫ੍ਰੀ ਇਹੋ ਜਿਹੇ ਯਾਰ ਚਾਹੀਦੇ ਮਰੇ ਬਾਅਦ ਵੀ ਸਾਨੂੰ ਯਾਦ ਰੱਖਣਾ ਲੱਕੜ ਫ੍ਰੀ ਹੋ ਜਾਊਗੀ ਪੂਰੇ ਵੀਡੀਓ 'ਚ ਜਦੋਂ ਹੋ ਗਏ 10-15 ਸਾਲ ਬਾਅਦ ਦੇਖੂਗੇ ਮੇਰੇ ਵੱਲੋਂ ਲੱਕੜ ਫ੍ਰੀ ਕਿੰਨੀਆਂ ਵੀ ਲੱਗਣਗੀਆਂ ਠੀਕ ਆ ਮੈਂ ਕਿਹਾ ਚਲੋ ਬਾਈ ਨਾਲ 2 ਮਿੰਟ ਮਿਲ ਚੱਲੀਏ ਅਸੀਂ ਕੋਲੋਂ ਹੀ ਜਾਂਦੇ ਲਾਮਾ ਦੇਣਾ ਤੇਰੀ ਵੀਡੀਓ 'ਚ ਮਿਊਜ਼ਿਕ ਬੜਾ ਹੁੰਦਾ ਬਾਈ ਓਕੇ ਓਕੇ ਅੱਗੇ ਤਾਂ ਅਸੀਂ ਪੱਕਾ ਇਸ ਚੀਜ਼ 'ਤੇ ਸੁਧਾਰ ਰੱਖਾਂਗੇ ਮਿਊਜ਼ਿਕ ਐਕਚੁਅਲੀ ਕੀ ਹੈ ਨਾ ਥੋੜ੍ਹਾ ਕਾਪੀਰਾਈਟ ਦੇ ਇਸ਼ੂ ਆ ਰਹੇ ਨਵੇਂ ਅਸੀਂ ਵਲੌਗਰ ਬਣੇਗੇ ਹੌਲੀ ਹੌਲੀ ਸਿੱਖਾਂਗੇ ਤੁਹਾਡੇ ਵਰਗੇ ਭਰਾਵਾਂ ਦਾ ਪੂਰਾ ਪਿਆਰ ਨਹੀਂ ਲੈਣਾ ਨਹੀਂ ਜ਼ਰੂਰ ਬਾਈ ਜ਼ਰੂਰ ਸਪੋਰਟ ਕਰੋ ਬਾਈ ਹੁਣ ਸੂਰੇ ਜੀ ਤੁਹਾਨੂੰ ਥੋੜਾ ਬਹੁਤ ਰਿਵਿਊ ਸੂਰੇ ਨੂੰ ਵੀ ਦੱਸੋ ਤੇ ਸੂਰੇ ਨੂੰ ਕੈਮਰੇ ਜਾ ਕੇ ਕਰ ਲਈ ਆਪਾਂ ਤੁਸੀਂ ਸਾਰਾ ਮੈਂ ਗੱਲ ਕਹੂੰ ਵੀ ਸਾਰੇ ਕਮੈਂਟ ਜਿਹਨੇ ਵੀ ਨੈਗੇਟਿਵ ਪੋਜ਼ਿਟਿਵ ਕਰਨੇ ਨਾ ਇਹ ਸਾਰੇ ਬਈਆ ਐਚ ਐਸ ਟਿਊਬਰ ਤੇ ਕਮੈਂਟ ਚਾਹੇ ਨੈਗੇਟਿਵ ਆ ਚਾਹੇ ਗਾਲਾਂ ਕੱਢੋ ਪਰ ਕਮੈਂਟ ਜ਼ਰੂਰ ਕਰੋ ਨੈਗੇਟਿਵ ਮੈਸੇਜ ਨਾ ਕਰੋ ਹਾਂ WhatsApp ਤੇ ਮੈਸੇਜ ਨਹੀਂ ਹੋਣੇ ਚਾਹੀਦੇ ਆਪਾਂ ਨੂੰ ਉੱਥੇ ਕਮੈਂਟ ਕਰੋ YouTube ਤੇ ਕਰੋ ਲਾਈਕ ਜ਼ਰੂਰ ਕਰੋ ਸਬਸਕ੍ਰਾਈਬ ਕਰੋ ਹਾਂਜੀ ਹਾਂਜੀ ਬਾਈ ਤੇ ਬਾਕੀ ਫੁੱਲ ਸਪੋਰਟ ਆ ਬਾਈ ਨਾ ਠੀਕ ਹੈ ਵੀਡੀਓ ਵਧੀਆ ਹੋਣੀ ਚਾਹੀਦੀ ਹਾਂਜੀ ਹਾਂਜੀ ਜਵਾਬ ਵਧੀਆ ਹੋ ਗਈ ਉਹ ਮੈਂ ਅੱਡਗਾ ਨਾ ਨਾਤਾ ਨੁਕਤਾ ਨਹੀਂ ਚਲੋ ਵੀ ਬਾਈ ਹੁਣ ਚੱਲੇ ਅਸੀਂ ਠੀਕ ਹੈ ਬਾਈ ਕਦੋਂ ਪਾਏਗਾ ਵੀਡੀਓ ਆਹ ਤੇ ਕੱਲ ਪਾ ਦਾਂਗੇ ਬਾਈ ਵੀਡੀਓ ਆਪਣੇ ਚੈਨਲ ਤੇ ਡੋਂਟ ਵਰੀ ਓਕੇ ਫਿਰ ਹਾਂ ਠੀਕ ਹੈ ਹਲੋ ਤਾਂ ਹੁਣ ਚੱਲੇ ਅਸੀਂ ਘਰੇ ਮੇਰੇ ਹੁਣ ਫਿਰ ਪੇਨ ਥੋੜਾ ਥੋੜਾ ਹੋਣ ਲੱਗ ਗਿਆ ਸੀ ਮੈਂ ਕਿਹਾ ਘਰੇ ਜਾ ਕੇ ਟਕੋਰ ਕਰ ਲਈਏ ਐਵੇਂ ਤਾਂ ਆਰਾਮ ਨਹੀਂ ਹੋਣਾ ਟਕਾ ਨਹੀਂਗਾ ਤੈਨੂੰ ਟਕੋਰ ਟਕਾ ਸਾਰਾ ਕੁਝ ਆ ਜੂਗਾ ਜਦੋਂ ਹੋ ਗਈ ਨਾ ਇੱਕ ਵਾਰ ਬਹੁਤ ਵੱਡੀ ਅਮਾਉਂਟ ਦਾ ਤੇਲ ਪਾਉਣ ਲੱਗੇ ਇਕੱਠਾ ਹੀ 100 ਰੁਪਏ ਦਾ ਜ਼ੀਰੋ ਹੋਰ ਵੇਖੀ ਕਹਿੰਦੇ ਜ਼ੀਰੋ ਕਾਹਦੀ ਵੇਖੀ ਕਾਰ 'ਚ 100 ਦਾ ਤੇਲ ਅਫਸੋਸ ਵਾਲੀ ਗੱਲ ਹੈ ਚਲੋ ਕੋਈ ਨਹੀਂ ਹੁੰਦੀ ਕਦੇ ਕਦੇ ਸੋ ਠੀਕ ਹੈ ਦੋਸਤੋ ਹੁਣ ਅਸੀਂ ਇਸ ਵੀਡੀਓ ਦਾ ਐਂਡ ਇੱਥੇ ਕਰਨ ਚੱਲੇ ਹਾਂ ਕਿਉਂਕਿ ਹੈਪੀ ਤਬੀਅਤ ਥੋੜ੍ਹੀ ਜ਼ਿਆਦਾ ਖਰਾਬ ਹੋ ਗਈ ਸੀ ਅਤੇ ਹੋਰ ਅਸੀਂ ਸ਼ੂਟ ਨਹੀਂ ਕਰ ਸਕੇ ਹੁਣ ਮਿਲਦੇ ਹਾਂ ਨੈਕਸਟ ਵਲੌਗ 'ਚ ਥੈਂਕ ਯੂ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਕਰ ਦਿਓ